ਇੱਕ ਰਾਜਾ ਉਹਦੇ ਕੰਨਾਂ ਦੇ ਅੰਦਰ ਬੋਲ ਪਏ ਕਿ ਇੱਕ ਨੌਜਵਾਨ ਬੜੇ ਪ੍ਰੇਮ ਦੇ ਨਾਲ ਰਸ ਲੈ ਕੇ ਆਪਣੇ ਖੁਦਾ ਦੇ ਘਰ ਦੀ ਇਬਾਦਤ ਕਰਦਾ ਹੈ, ਖੁਦਾ ਦੇ ਘਰ ਦੀਆਂ ਕਲਮਾਂ ਪਿਆ ਪੜ੍ਹਦਾ ਹੈ। ਰਾਜੇ ਨੂੰ ਬੜੀ ਹੈਰਾਨਗੀ ਹੋਈ ਕਿ ਮੇਰੀ ਰਿਆਸਤ ਦੇ ਅੰਦਰ ਵੀ ਕੋਈ ਐਸਾ ਮਨੁੱਖ ਹੈ ਜਿਹਦਾ ਪਰਮਾਤਮਾ ਦੇ ਨਾਲ, ਜਿਹਦਾ ਖੁਦਾ ਦੇ ਨਾਲ ਇਤਨਾ ਪ੍ਰੇਮ ਹੈ। ਉਹਨੇ ਵਜ਼ੀਰ ਦੇ ਨਾਲ ਗੱਲ ਕੀਤੀ, ਵਜ਼ੀਰ ਨੂੰ ਸੱਦਿਆ ਅਤੇ ਉਹਨੇ ਆਖਿਆ ਕਿ ਉਸ ਨੌਜਵਾਨ ਦੇ ਬਾਰੇ ਪਤਾ ਕਰੋ ਜਿਹੜਾ ਨੌਜਵਾਨ ਅੱਜ ਮਸਜਿਦ ਦੇ ਅੰਦਰ ਬਹਿ ਕੇ, ਮਸੀਤ ਦੇ ਅੰਦਰ ਬਹਿ ਕੇ ਖੁਦਾ ਦੀਆਂ ਪਾਕ ਕਲਮਾਂ ਪਿਆ ਪੜ੍ਹਦਾ ਸੀ। ਵਜ਼ੀਰ ਨੇ ਪਤਾ ਕੀਤਾ ਅਤੇ ਉਹਨਾਂ ਨੇ ਆਖਿਆ ਜੀ ਬੜਾ ਗਰੀਬੜਾ ਜਿਹਾ ਏ, ਸਧਾਰਨ ਜੀ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਏ। ਰਾਜੇ ਨੇ ਫੈਸਲਾ ਕੀਤਾ ਕਿ ਕਿਵੇਂ ਹੈ ਬੰਦਾ, ਕਹਿੰਦੇ ਜੀ ਨਿਹਾਇਤੀ ਸ਼ਰੀਫ ਹੈ, ਖੁਦਾ ਦਾ ਭਾਉ ਰੱਖਣ ਵਾਲਾ ਏ। ਰਾਜੇ ਨੇ ਫੈਸਲਾ ਕੀਤਾ ਆਪਣੀ ਧੀ ਦਾ ਨਿਕਾਹ ਜਿਹੜਾ ਕਹਿ ਉਸੇ ਨੌਜਵਾਨ ਦੇ ਨਾਲ ਕਰੇਗਾ ਜਿਹਦਾ ਅੱਲਾਹ ਦੇ ਉੱਤੇ ਬੜਾ ਇਤਬਾਰ ਹੈ, ਜਿਹੜਾ ਅੱਲਾਹ ਦੀ ਬੰਦਗੀ ਬੜੇ ਰਸ ਦੇ ਨਾਲ ਪ੍ਰੇਮ ਦੇ ਨਾਲ ਭਿੱਜ ਕੇ ਕਰਦਾ ਹੈ। ਉਹਨੇ ਉਸ ਨੌਜਵਾਨ ਨੂੰ ਆਪਣੇ ਕੋਲ ਸੱਦਿਆ, ਨੌਜਵਾਨ ਨੂੰ ਪੁੱਛਿਆ ਕਿ ਤੇਰੀ ਪੁੱਤਰਾ ਸ਼ਾਦੀ ਹੋਈ ਹੈ? ਅੱਗਿਓਂ ਜਵਾਬ ਮਿਲਿਆ ਕਿ ਨਹੀਂ। ਉਹਨਾਂ ਨੇ ਆਖਿਆ ਜੇ ਤੇਰੀ ਸ਼ਾਦੀ ਕਰ ਦਿੱਤੀ ਜਾਵੇ ਉਹ ਵੀ ਮੈਂ ਆਪਣੀ ਧੀ ਦੇ ਨਾਲ ਕਰ ਦੇਵਾਂ। ਅਤੇ ਉਹ ਨੌਜਵਾਨ ਖਾਮੋਸ਼ ਮਨ ਕੀ ਮਨ ਅੰਦਰ ਸੋਚਦਾ ਮਨਾ, ਮੈਂ ਇੱਕ ਗਰੀਬੜਾ ਜਿਹਾ ਵਿਅਕਤੀ ਰਾਜੇ ਦੀ ਲੜਕੀ ਨੂੰ ਕਿਵੇਂ ਆਪਣੇ ਘਰ ਅੰਦਰ ਰੱਖਾਂਗਾ, ਮੇਰੇ ਘਰ ਅੰਦਰ ਤਾਂ ਕੁਝ ਵੀ ਨਹੀਂ, ਉਹ ਤਾਂ ਮਹਿਲਾਂ ਦੇ ਅੰਦਰ ਜੰਮੀ ਪਲੀ ਹੈ, ਮਹਿਲਾਂ ਦੇ ਉਹਨੇ ਸੁੱਖ ਮਾਣੇ ਨੇ, ਮੇਰੇ ਕੱਚੇ ਘਰ ਅੰਦਰ ਕਿਵੇਂ ਆ ਕੇ ਵਸੇਗੀ? ਦੂਜੇ ਪਾਸੇ ਉਹ ਡਰਦਾ ਵੀ ਕਹਿ ਕਿਤੇ ਰਾਜੇ ਨੂੰ ਜਵਾਬ ਦੇ ਦਿੱਤਾ ਅਤੇ ਕਿਤੇ ਰਾਜਾ ਗੁੱਸਾ ਨਾ ਕਰ ਲਵੇ, ਇਹ ਨਾ ਕਹੋਵੇ ਅਗਲਾ ਫਰਮਾਨ ਕਹੋਵੇ ਰਾਜਾ ਆ ਕੇ ਇਹਨੇ ਮੇਰੇ ਹੁਕਮ ਨੂੰ ਮੰਨਿਆ ਕੋਈ ਨਹੀਂ, ਇਹਦੀ ਧੌਣ ਜਿਹੜੀ ਇਹ ਸਿਰ ਦੇ ਨਾਲੋਂ ਵੱਖ ਕਰ ਦਿੱਤੀ ਜਾਵੇ। ਡਰਦਾ ਕੋਇਆ ਆਖਦਾ ਹੈ ਜੀ ਤੁਸੀਂ ਵੱਡੇ ਕੋ, ਤੁਸੀਂ ਇਸ ਰਿਆਸਤ ਦੇ ਰਾਜੇ ਕੋ, ਸਿਆਣੇ ਕੋ, ਸਮਝਦਾਰ ਕੋ, ਜੋ ਵੀ ਤੁਸੀਂ ਆਖੋਗੇ ਮੈਨੂੰ ਪ੍ਰਵਾਨ ਕਹਿ। ਰਾਜੇ ਨੇ ਉਸ ਬੱਚੇ ਨੌਜਵਾਨ ਦੇ ਨਾਲ ਆਪਣੀ ਧੀ ਦਾ ਜਿਹੜਾ ਨਿਕਾਹ ਹੈ ਉਹ ਪੜ੍ਹਾ ਦਿੱਤਾ। ਅਤੇ ਜਦੋਂ ਪਹਿਲੀ ਰਾਤ ਆਈ ਹੈ ਘਰ ਦੇ ਅੰਦਰ, ਰਾਤ ਨੂੰ ਦੋਨੇ ਮੀਆਂ ਬੀਬੀ ਬੈਠ ਕੇ ਜਦੋਂ ਭੋਜਨ ਚੱਕਦੇ ਨੇ, ਅੱਲਾਹ ਦਾ ਸ਼ੁਕਰ ਕੀਤਾ, ਪਰਮੇਸ਼ੁਰ ਦਾ ਸ਼ੁਕਰ ਕੀਤਾ। ਸ਼ੁਕਰ ਕਰਨ ਤੋਂ ਬਾਅਦ ਆਪਣੀ ਬੀਬੀ ਨੂੰ ਆਖਿਆ, ਆਪਣੀ ਬੇਗਮ ਨੂੰ ਆਖਦਾ, ਰਾਜੇ ਦੀ ਧੀ ਨੂੰ ਆਖਦਾ ਹੈ ਕਿ ਇਹ ਭਾਂਡੇ ਜਿਹੜੇ ਨੇ ਚੁੱਕ ਕੇ ਤੂੰ ਉਸ ਰਸੋਈ ਦੇ ਅੰਦਰ ਰੱਖਿਆ। ਉਹ ਭਾਂਡੇ ਚੁੱਕ ਕੇ ਰਸੋਈ ਦੇ ਅੰਦਰ ਰੱਖਦੀ ਹੈ। ਇੱਧਰੋਂ ਇਹ ਅਰਦਾਸ ਕਰਦਾ ਹੈ ਕਿ ਐ ਖੁਦਾ ਅੱਜ ਤਾਂ ਤੂੰ ਮੇਰੀ ਪੱਤ ਢੱਕ ਲਈ ਏ, ਕੱਲ੍ਹ ਕੀ ਬਣੇਗਾ? ਅੱਜ ਤਾਂ ਤੂੰ ਮੇਰੀ ਅਰਦਾਸ ਸੁਣ ਲਈਏ, ਕੱਲ੍ਹ ਕੀ ਬਣੇਗਾ? ਇਹ ਬੋਲ ਉਹਦੀ ਬੇਗਮ ਦੇ ਕੰਨਾਂ ਦੇ ਅੰਦਰ ਪਏ। ਜਦੋਂ ਉਹਨੇ ਅਰਦਾਸ ਕੀਤੀ ਕਿ ਅੱਜ ਤਾਂ ਜਿਹੜੀ ਸੁੰਦਰ ਰੋਟੀ ਜੁੜ ਗਈ ਏ, ਕੱਲ੍ਹ ਦਾ ਪਤਾ ਨਹੀਂ ਕੁਣ ਕੀ ਬਣੇਗਾ। ਉਹਦੀ ਬੇਗਮ ਜਿਹੜੀ ਏ ਰੋਂਦੀ ਏ, ਭੁੱਬਾਂ ਮਾਰ ਕੇ ਰੋ ਪਈ।
ਬੜਾ ਹੈਰਾਨ ਹੋਇਆ। ਉਹਨੇ ਜਾ ਕੇ ਪੁੱਛਿਆ ਕਿ ਬੇਗਮ ਕੀ ਗੱਲ ਹੋ ਗਈ ਹੈ, ਇੱਦਾਂ ਰੋਂਦੀ ਕਿਉਂ ਪਈ ਹੈ, ਕੀ ਮਹਿਲਾਂ ਦੀ ਯਾਦ ਪਈ ਆਉਂਦੀ ਹੈ, ਕੀ ਬਾਬਲ ਦੀ ਯਾਦ ਸਤਾਉਂਦੀ ਹੈ ਕਿ ਮੈਂ ਓਡਾ ਸਮਰੱਥ ਨਕੀ ਜਿੰਨਾ ਸਮਰੱਥ ਤੂੰ ਮੈਨੂੰ ਸਮਝਦੀ ਕਹੇ। ਉਹਨੇ ਬੜਾ ਪਿਆਰਾ ਜਵਾਬ ਦਿੱਤਾ, ਕਹਿੰਦੇ ਨੇ ਨਹੀਂ, ਦਰਅਸਲ ਗੱਲ ਇਹ ਨਕੀ, ਮੈਨੂੰ ਇਸ ਕਰਕੇ ਬਾਬਲ ਦੀ ਯਾਦ ਆਈ ਹੈ, ਮੇਰੇ ਬਾਬਲ ਨੇ ਆਖਿਆ ਸੀ ਧੀਏ ਜਿਹਦੇ ਲੜ ਲਾਉਣ ਲੱਗਾ ਕਹਿ ਉਹ ਇੰਨਾ ਪਰਮਾਤਮਾ ਦੇ ਉੱਤੇ ਭਰੋਸਾ ਰੱਖਦਾ ਏ, ਇੰਨੀ ਇਬਾਦਤ ਪਰਮਾਤਮਾ ਦੀ ਕਰਦਾ ਕਹਿ, ਇੰਨਾ ਦਿਲ ਦੇ ਅੰਦਰ ਪਰਮਾਤਮਾ ਦਾ ਸਤਿਕਾਰ ਪਿਆ ਕਰਦਾ ਕਹਿ, ਸਾਹਿਬ ਗੁਰਦੇਵ ਪਾਤਸ਼ਾਹ ਜੀ ਦੀ ਜਿਹਨੂੰ ਬਾਣੀ ਆਖਦੀ ਕਹਿ ਕਿ ਜਿਨ੍ਹਾਂ ਦਾ ਭਰੋਸਾ ਉਸ ਮਾਲਕ ਦੇ ਉੱਤੇ ਹੋਏ, ਦਿਲੋਂ ਮੁਹੱਬਤ ਜਿਨ ਸਹੀ ਸਚਿਆ, ਜਿਨ ਮਨ ਕੋਰ ਮੁਖ ਗੋਰ ਸੇ ਕਾਂਡੇ ਕੱਚਿਆ। ਉਹਦੀ ਬੇਗਮ ਨੇ ਆਖਿਆ ਮੈਂ ਇਸ ਕਰਕੇ ਨਹੀਂ ਰੋਂਦੀ ਕਿ ਤੇਰੇ ਘਰ ਅੰਦਰ ਗਰੀਬੀ ਕਹਿ, ਮੈਂ ਇਸ ਕਰਕੇ ਵੀ ਨਹੀਂ ਰੋਂਦੀ ਕਿ ਇੱਥੇ ਮੇਰੇ ਬਾਬਲ ਦੀਆਂ ਸੁੱਖ ਸਹੂਲਤਾਂ ਨਹੀਂ, ਮੈਂ ਬਾਬਲ ਦੀ ਗੱਲਾਂ ਨੂੰ ਯਾਦ ਕਰਕੇ ਰੋਂਦੀ ਕਾਂ, ਮੇਰੇ ਬਾਬਲ ਨੇ ਆਖਿਆ ਸੀ ਕਿ ਧੀਏ ਜਿਹਦੇ ਲੜ ਲਾਉਣ ਲੱਗਾ ਉਹ ਦਰਵੇਸ਼ ਕਹਿ, ਪਰਮਾਤਮਾ ਦੇ ਉੱਤੇ ਭਰੋਸਾ ਰੱਖਣ ਵਾਲਾ ਕਹਿ, ਪਰ ਅੱਜ ਪਤਾ ਚੱਲਿਆ ਤੇਰਾ ਪਰਮਾਤਮਾ ਦੇ ਉੱਤੇ ਭਰੋਸਾ ਨਹੀਂ, ਕਿ ਤੈਨੂੰ ਯਕੀਨ ਨਹੀਂ ਜਿਸ ਖੁਦਾ ਨੇ ਤੇਰੀ ਅੱਜ ਪੱਤ ਢੱਕੀ ਏ ਕਿ ਉਹ ਕੱਲ੍ਹ ਵੀ ਉਹ ਕੀ ਪੱਤ ਢੱਕੇਗਾ, ਜਿਸ ਖੁਦਾ ਨੇ ਤੈਨੂੰ ਅੱਜ ਖਾਣ ਦੇ ਲਈ ਦਿੱਤਾ ਏ ਕਿ ਤੈਨੂੰ ਯਕੀਨ ਨਹੀਂ ਕਿ ਉਹ ਖੁਦਾ ਕੱਲ੍ਹ ਵੀ ਤੈਨੂੰ ਖਾਣ ਦੇ ਲਈ ਦੇਵੇਗਾ। ਇੱਕ ਅਜ਼ੀਜ਼ ਨੇ ਬੜੇ ਪਿਆਰੇ ਬੋਲ ਲਿਖੇ ਨੇ, ਉਹ ਕਹਿੰਦੇ ਨੇ ਜਿਹੜਾ ਦਰਵੇਸ਼ ਹੁੰਦਾ ਹੈ ਨਾ, ਉਹਦਾ ਰੱਬ ਦੇ ਉੱਤੇ ਐਡਾ ਵੱਡਾ ਭਰੋਸਾ ਹੁੰਦਾ ਹੈ ਨਾ, ਐਡੀ ਸਿਦਕ ਵਾਲਾ ਜੀਵਨ ਬਤੀਤ ਕਰਦਾ ਹੈ, ਜਿਹੜਾ ਦਰਵੇਸ਼ ਕਦੀ ਆਪਣੇ ਪੱਲੇ ਦੇ ਨਾਲ ਕੁਝ ਬਣਦਾ ਨਕੀ। ਉਹਨੇ ਦੂਜੀ ਗੱਲ ਆਖੀ, ਉਹਨਾਂ ਨੇ ਆਖਿਆ ਜਿਹੜਾ ਪੰਛੀ ਕਹਿ, ਪੰਛੀ ਵੀ ਆਪਣੇ ਨਾਲ ਕੁਝ ਨਹੀਂ ਬਣਦੇ। ਉਹਨਾਂ ਨੇ ਬੜੇ ਪਿਆਰੇ ਬਚਨ ਆਖੇ, ਕਹਿੰਦੇ ਨੇ ਜਿਹੜੇ ਪਰਮਾਤਮਾ ਦੇ ਉੱਤੇ ਭਰੋਸਾ ਰੱਖਣ ਵਾਲੇ ਕੌਣ, ਪਰਮਾਤਮਾ 'ਤੇ ਸਿਦਕ ਰੱਖਣ ਵਾਲੇ ਕੌਣ, ਪੱਲੇ ਕਿਛ ਨਾ ਬੰਨਦੇ। ਪੰਛੀ ਅਤੇ ਦਰਵੇਸ਼, ਜਿੰਨਾ ਭਰੋਸਾ ਰੱਬ ਦਾ ਉਨਾ ਰਿਜਕ ਹਮੇਸ਼, ਜਿਨ੍ਹਾਂ ਨੂੰ ਰੱਬ ਦੇ ਉੱਤੇ ਭਰੋਸਾ ਏ ਉਹ ਕਦੀ ਵੀ ਡੋਲਦੇ ਨਕੀ। ਗੁਰਮੁਖ ਪਿਆਰਿਓ, ਨਹੀਂ ਤੇ ਇਹ ਦੁਨੀਆ ਗੁੱਝੀ ਭਾਕ ਹੈ। ਬਾਬਾ ਸ਼ੇਖ ਫਰੀਦ ਜੀ ਨੇ ਆਖਿਆ ਇਹ ਅੰਦਰੋਂ ਕੁਝ ਹੋਰ ਕਹਿ, ਬਾਹਰੋਂ ਕੁਝ ਹੋਰ ਵਿਖਦੀ ਕਹਿ, ਸਾਈਂ ਮੇਰੇ ਚੰਗਾ ਕੀਤਾ, ਮੇਰੇ ਮਾਲਕ ਨੇ